14 ਡਾਲਰ ਲੈ ਲਿਆ ਇਹਨਾਂ ਨੇ ਕੀ ਕੀਤਾ ਪੂਰੇ ਪਾਕਿਸਤਾਨੀ ਕੋਲ ਲਾਈ ਨੇ ਹਟ ਖਾਨ ਸਾਹਿਬ ਆਉਣ ਲਈ ਨਸਲ ਵਾਸ ਜੰਗ ਲੜਦੇ ਨੇ ਲੇਕਿਨ ਸਾਡੀ ਆਵਾਮ ਨੇ ਨਾ ਸ਼ੌਰ ਨਹੀਂ ਆਇਆ ਆਵਾਮ ਤਾਂ ਭੁੱਖਾ ਮਰਦੀ ਉਹਨਾਂ ਨੂੰ ਕਾਹਦਾ ਦੁੱਖ ਉਹ ਤੇ ਬਸ ਆਪਣੇ ਏਸੀ ਵਾਲੇ ਕਮਰਿਆਂ 'ਚ ਹੁੰਦੇ ਨੇ ਇਹ ਬਿਹਤਰ ਕਰ ਹੀ ਨਹੀਂ ਸਕਦਾ ਭਾਵੇਂ ਦੂਸਰੀ ਯਾਰ ਵੀ ਆਈਏ ਕਰਦਾ ਜੇ ਕਸਮੇ ਪੈਦਾ ਕਰਨ ਨਾਲ ਦਿਲ ਕਰਦਾ ਗੱਡੀ ਨੂੰ ਅੱਗ ਲਾ ਹੜੀਏ ਤੇ ਮਰ ਜਾਈਏ ਆਪੇ ਵੀ ਆਹਾਂ ਕੀ ਲੁੱਟਣਾ ਲੁੱਟਦਾ ਮਰਾਨ ਖਾਂ ਕਿ ਅਸੀਂ ਲੁੱਟਣਾ ਆਪੇ ਕਿਵੇਂ ਉਹ ਕਿਵੇਂ ਲੁੱਟਦੇ ਸਰ ਉਹ ਇੰਜ ਲੁੱਟਦਾ ਨਾ ਪਿਆ ਵੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਨਵਾਜ਼ ਸ਼ਰੀਫ ਦੇ ਦੌਰ ਦੇ ਵਿੱਚ 60 ਰੁਪਏ ਲੀਟਰ ਤੇਲ ਸੀ ਹਰ ਬੰਦਾ ਖੁਸ਼ਹਾਲ ਸੀ ਸਕੂਨ ਨਾਲ ਖਾਂਦਾ ਪੀਂਦਾ ਸੌਂਦਾ ਇਹਦਾ ਜਦੋਂ ਦੌਰ ਆਇਆ 120 ਰੁਪਏ ਲੀਟਰ ਤੇਲ ਹੋ ਗਿਆ 15 ਮਹੀਨੇ ਹੁੰਦੇ ਨੇ ਪੈਨੂੰ ਆਏ ਨੂੰ ਇਹਨੇ ਕਿਹਾ 3 ਮਹੀਨਿਆਂ ਦੇ ਵਿੱਚ ਮੈਂ ਇੰਝ ਕਰ ਦਾਂਗਾ ਘਰ ਬਣਾ ਦਾਂਗਾ ਮਾਲਿਆਂ ਦੇ ਇਹ ਕਰ ਦਾਂਗਾ ਉਹ ਕਰਦਾ ਕੀ ਕੀਤਾ ਉਹ ਕੱਖ ਵੀ ਨਹੀਂ ਉਹ ਕੀਤਾ ਅਤੇ ਲੁੱਟਦਾ ਹੀ ਇਹ ਹੋਰ ਕਰਦਾ ਪਿਛਲਿਆਂ ਨੇ ਲੁੱਟਿਆ ਸੀ ਪਿਛਲਿਆਂ ਨੇ ਲੁੱਟਿਆ ਅਤੇ ਪਿਛਲਿਆਂ ਦਾ ਖੁਸ਼ਹਾਲ ਵੀ ਤਾਂ ਸੀ ਨਾ ਭਾਈ ਦੁਨੀਆ ਜੇ ਲੁੱਟਦਾ ਸੀ ਚਲੋ ਮੰਨਦੇ ਹਾਂ ਜੀ ਉਹ ਲੁਟੇਰਾ ਸੀ ਲੁੱਟਦਾ ਸੀ ਲੁੱਟਦਾ ਸੀ ਦੁਨੀਆ ਵੀ ਤਾਂ ਖੁਸ਼ਹਾਲ ਸੀ ਨਾ ਆਵਾਮ ਖੁਸ਼ਹਾਲ ਖਾਂਦੀ ਪੀਂਦੀ ਸੌਂਦੀ ਇਹ ਲੁੱਟਦਾ ਨਹੀਂ ਪਿਆ ਤਾਂ ਵੀ ਆਵਾਮ ਮਰਦੀ ਹੈ ਵੀ ਕਿਉਂ ਮਰਦੀ ਹੈ ਵੀ ਇਹ ਨਹੀਂ ਨਾ ਲੁੱਟਦਾ ਤਾਂ ਕਿਉਂ ਮਰਦੀ ਹੈ ਆਵਾਮ ਹਾਂ ਲੋਕੀ ਆਪ ਹੀ ਮਹਿੰਗਾਈ ਕਰਦੀ ਲੋਕੀ ਆਪ ਹੀ ਮੰਗਿਆ ਜਦੋਂ ਪਿੱਛੋਂ ਮੰਗਿਆਈ ਹੋਣੀ ਤਾਂ ਅਗਲਿਆਂ ਨੇ ਤਾਂ ਕਰਨੀ ਹੈ ਨਾ ਵੇਖੋ ਜੀ ਸਾਨੂੰ 120 ਰੁਪਏ ਲੀਟਰ ਤੇਲ ਮਿਲਣਾ ਅਤੇ ਸਾਰੀ ਗੱਲ ਇਹ ਅਸੀਂ 20 ਰੁਪਏ ਕਿਰਾਇਆ 15 ਰੁਪਏ ਲਾਂਗੇ ਸਾਨੂੰ ਕੁਛ ਬਚੇਗਾ ਜੇ ਅਸੀਂ 120 ਰੁਪਏ ਲੈ ਕੇ 10 ਰੁਪਏ ਕਿਰਾਇਆ ਲਈਏ ਚਾਂਦਗੜੀ ਸਵਾਰੀ ਦਾ ਤਾਂ ਸਾਨੂੰ ਕੀ ਬਚਣਾ ਅਸੀਂ ਤਾਂ ਫਿਰ ਇਹਦਾ ਹੀ ਪੂਰਾ ਕਰਾਂਗੇ ਤਾਂ ਭੁੱਖਿਆ ਹੀ ਮਰਨਾ ਆਵਾਮ ਕਹਿੰਦੀ ਹੈ ਕਿਰਾਇਆ 15 ਰੁਪਏ ਕਿਉਂ ਹੋ ਗਿਆ ਕਿਰਾਇਆ 15 ਰੁਪਏ ਤਾਂ ਹੋਣਾ ਹੀ ਹੈ ਸਾਰੀ ਗੱਲ 10 ਰੁਪਏ ਜੀ ਲਾਉਣੀ 15 ਰੁਪਏ ਵੇਚਾਂਗੇ ਤਾਂ ਸਾਨੂੰ ਕੁਛ ਬਚੇਗਾ ਤਾਂ ਲੁੱਟਦੀ ਹੈ ਵੀ ਆਵਾਮ ਜਾਂਦੇ ਆਵਾਮ ਲੁੱਟਦੀ ਲੁੱਟਦਾ ਦੇ ਹਾਂਜੀ ਇਹ ਬਿਹਤਰ ਨਹੀਂ ਕਰਨਗੇ ਇਹ ਬਿਹਤਰ ਕਰ ਹੀ ਨਹੀਂ ਸਕਦਾ ਭਾਵੇਂ ਦੂਸਰੀ ਯਾਰ ਵੀ ਆਈਏ ਇਹ ਨਵਾਂ ਪੁਰਾਣੇ ਨਹੀਂ ਛੱਡਦਾ ਪਰ ਨਵਾਂ ਇਹਨੇ ਕਿੱਥੋਂ ਬਣਾਉਣਾ ਭਾਜੀ ਪੁਰਾਣੇ ਨਹੀਂ ਛੱਡਦਾ ਪਰ ਨਵਾਂ ਕਿੱਥੋਂ ਬਣਨਾ ਉਹ ਨਹੀਂ ਬਣਾਉਣਾ ਨਵਾਜ਼ ਸ਼ਰੀਫ ਸਾਹਿਬ ਨੇ ਆ ਕੇ ਬਣਾਉਣਾ ਇਹ ਨਹੀਂ ਬਣਾ ਸਕਦਾ ਇਹਦੇ ਵੱਸ ਦਾ ਰੋਗ ਨਹੀਂ ਇਹ ਕ੍ਰਿਕਟ ਹੀ ਖੇਡੇ ਬਸ ਸਾਹਿਬ ਨੇ ਇੱਕ ਦਫਾ ਫਿਰ ਤਕਰੀਰ ਕਰਦਾ ਹੋਇਆ ਕਿਹਾ ਕਿ ਕੌਮ ਘਬਰਾਏ ਨਾ ਵਕਤੀ ਹਾਲਾਤ ਖਰਾਬ ਨੇ ਬਿਹਤਰ ਹੋ ਜਾਣਗੇ ਤੁਹਾਨੂੰ ਲੱਗਦਾ ਬਿਲਕੁਲ ਠੀਕ ਹੈ ਖਾਨ ਸਾਹਿਬ ਜੋ ਕਿਹਾ ਬਿਲਕੁਲ ਠੀਕ ਹੈ ਖਾਨ ਸਾਹਿਬ ਆਉਣ ਲਈ ਨਸਲ ਵਾਸ ਜੰਗ ਲੜਦੇ ਨੇ ਫਿਰ ਲੇਕਿਨ ਸਾਡੀ ਆਵਾਮ ਨੇ ਨਾ ਸ਼ੌਰ ਨਹੀਂ ਆਇਆ ਇਨਸ਼ਾਅੱਲਾ ਹਾਲਾਤ ਇਸ ਤੋਂ ਬਿਹਤਰ ਹੋਣਗੇ ਜਿਹੜੀ ਮਹਿੰਗਾਈ ਤੋਂ ਲੋਕ ਕਹਿ ਰਹੇ ਨੇ ਕਿ ਸ਼ਹਿਰ ਦੇ ਹਾਲਾਤ ਠੀਕ ਸਨ ਨੂੰ ਲੀਗ ਦਾ ਹੁੰਦਾ ਬੜਾ ਪਾਕਿਸਤਾਨ ਬਿਹਤਰ ਸੀ ਨਹੀਂ ਖਾਨ ਸਾਹਿਬ ਨੂੰ ਚਾਹੀਦਾ ਸੀ ਕਿ ਉਹ ਭਲੇ ਕਰਦੇ ਕਰਜ਼ਾ ਲੈਂਦੇ ਆਈ ਐਮ ਐਫ ਕੋਲੋਂ ਆਵਾਮ ਨੂੰ ਵੈਸੇ ਹੀ ਰਿਲੀਫ ਦੇ ਜਾਂਦੇ ਮੁਲਕ ਦਾ ਕਰਜ਼ਾ ਆਈ ਜਾਂਦਾ ਬਿਹਤਰ ਸੀ ਲੇਕਿਨ ਉਹ ਸੋਚ ਅੱਛੀ ਰੱਖਦੇ ਨੇ ਉਹਨਾਂ ਜ਼ਰਾ ਆਵਾਮ ਦੇ ਫਾਇਦੇ ਵਾਸਤੇ ਆਉਣ ਵਾਲੀ ਨਸਲ ਵਾਸਤੇ ਬਹੁਤ ਬਿਹਤਰ ਕੀਤਾ ਬਿਲਕੁਲ ਸਹੀ ਕਰਦੇ ਨੇ ਮੈਂ ਖਾਨ ਸਾਹਿਬ ਪਛਮਨ ਦੇ ਨਾਲ ਹਾਂ ਨਹੀਂ ਤਾਂ ਜੇ ਨੂੰ ਲੀਗ ਵਾਲੇ ਕਹਿੰਦੇ ਨੇ ਕਿ ਸਿਰਫ ਇੰਤਕਾਮ ਲਈ ਜਾ ਰਿਹਾ ਇਹ ਕੋਈ ਹੋਰ ਕੰਮ ਨਹੀਂ ਕਰਦਾ ਪਿਆ ਸਿਰਫ ਕਰਪਸ਼ਨ ਕਰਪਸ਼ਨ ਦਾ ਰੌਲਾ ਰੋ ਕੇ ਅਤੇ ਆਵਾਮ ਨੂੰ ਲੁੱਟਦੇ ਪਏ ਕੋਈ ਕਰਪਸ਼ਨ ਦਾ ਰੌਲਾ ਨਹੀਂ ਹੈ ਕਿਉਂਕਿ ਬੰਦਾ ਚੋਰ ਦੇ ਖਿਲਾਫ਼ ਕੋਈ ਕੇਸ ਫਾਈਲ ਹੁੰਦਾ ਐਵੀਡੈਂਸ ਤਾਂ ਫਿਰ ਭਰੀ ਹੋਈ ਜਾਵੇ ਸਿੰਪਲ ਨੂੰ ਲੀਗ ਕੋਲ ਅਗਰ ਐਵੀਡੈਂਸ ਹੈ ਨੇ ਅਦਾਲਤ 'ਚ ਜਾ ਕੇ ਪੇਸ਼ ਕਰਨ ਅਤੇ ਚਲੇ ਜਾਣ ਤੁਸੀਂ ਵੀ ਤਾਂ ਇੱਥੇ ਰਹਿੰਦੇ ਹੋ ਤੁਹਾਨੂੰ ਵੀ ਪਤਾ ਕਿੰਨੀ ਕੁ ਮਹਿੰਗਾਈ ਹੈ ਅਤੇ ਫਿਰ ਬੰਦੇ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਕਿੰਨਾ ਕੁ ਮਸਲਨ ਅਮਲ ਕਰਦੇ ਨੇ ਠੀਕ ਹੈ ਅਮਲ ਕੋ ਕਰਦਾ ਹੈ ਵੇ ਕੋਈ ਵੀ ਨਹੀਂ ਕਰਦਾ ਜਿਹੜਾ ਆਉਂਦਾ ਨਾ ਉਹ ਇਹ ਹੀ ਆਉਂਦਾ ਕਿ ਮੈਂ ਖਜ਼ਾਨੇ ਵਾਲਾ ਪਿੱਛੇ ਖਾਲੀ ਨੇ ਉਹ ਫੁੱਲ ਕਰਾਂ ਉਹ ਭਾਵੇਂ ਕਰਜ਼ੇ ਲੈ ਕੇ ਕਰਾਂ ਅਤੇ ਭਾਵੇਂ ਮੈਂ ਜਿਵੇਂ ਵੀ ਕਰਾਂ ਆਵਾਮ ਤਾਂ ਭੁੱਖਿਆ ਮਰਦੀ ਹੈ ਉਹਨਾਂ ਨੂੰ ਕਾਹਦਾ ਦੁੱਖ ਉਹ ਤਾਂ ਬਸ ਆਪਣੇ ਏਸੀ ਵਾਲੇ ਕਮਰਿਆਂ 'ਚ ਹੁੰਦੇ ਨੇ ਠੀਕ ਹੈ ਹੀਟਰਾਂ ਵਾਲੇ ਕਮਰਿਆਂ 'ਚ ਹੁੰਦੇ ਨੇ ਉਹਨਾਂ ਕਾਹਦੀ ਟੈਨਸ਼ਨ ਨਹੀਂ ਇਮਰਾਨ ਖਾਨ ਸਾਹਿਬ ਜੀ ਇਸ ਗੱਲ 'ਤੇ ਤੁਹਾਨੂੰ ਯਕੀਨ ਨਹੀਂ ਕਿ ਘਬਰਾਉਣਾ ਨਹੀਂ ਮੁਸ਼ਕਿਲ ਹਾਲਾਤ ਠੀਕ ਹੋ ਜਾਣਗੇ ਨਹੀਂ ਜੀ ਅਸੀਂ ਨਹੀਂ ਕਿਹਾ ਤਾਂ ਕਿਉਂ ਗਿਲਾ ਕਰੇ ਬੰਦਾ ਠੀਕ ਹੈ ਸਾਡੇ ਵਾਸਤੇ ਉਹ ਇਮਰਾਨ ਖਾਨ ਵੀ ਹੋਣ ਜੀ ਹੈ ਅਤੇ ਨਵਾਜ਼ ਸ਼ਰੀਫ ਵੀ ਹੋਣ ਜੀ ਹੈ ਆਹਾਂ ਆਪਣੀ ਮਜ਼ਦੂਰੀ ਕਰਨੀ ਆਹਾਂ ਆਪਣਾ ਖਾਣਾ ਸਾਨੂੰ ਇੰਨਾ ਪਤਾ ਅਸੀਂ ਕਿਉਂ ਕਿਸੇ 'ਤੇ ਬੰਦਾ ਗਿਲਾ ਕਰੇ ਤੁਹਾਨੂੰ ਲੱਗਦਾ ਕਿ ਹਾਲਾਤ ਠੀਕ ਕਰ ਦਿੰਦੇ ਅੱਲਾ ਕਰੇ ਜੀ ਉਮੀਦ ਤਾਂ ਕੋਈ ਨਹੀਂ ਅਤੇ ਆਵਾਮ ਤਾਂ ਘਬਰਾ ਘਬਰਾ ਕੇ ਹੁਣ ਚਲੇ ਗਈ ਹੈ ਕਿਲੇ ਹੋਰ ਜਗ੍ਹਾ 'ਤੇ ਅਤੇ ਬਾਕੀ ਤਾਂ ਗੱਲ ਜਿਹੜੀ ਤਦ ਕੋਈ ਨਹੀਂ ਆਉਂਦੀ ਕੋਈ ਵੀ ਮਹਿੰਗਾਈ ਬੇਪਾ ਹੋ ਗਈ ਹੈ ਬੇਪਨਾਹ ਹੋ ਗਈ ਹੈ ਹਰ ਬੰਦਾ ਰੋਟੀ ਤੋਂ ਹਵਾਦਾਰ ਹੋਇਆ ਜਿਹੜਾ ਪਰੇਸ਼ਾਨ ਨੇ ਹਰ ਬੰਦਾ ਹੀ ਪਰੇਸ਼ਾਨ ਹੈ ਕੋਈ ਬੰਦਾ ਨਹੀਂ ਸੁੱਖ ਦਾ ਸਾਹ ਲੈਂਦਾ ਇਹ ਕਹਿ ਰਹੇ ਕਿ ਲੋਕ ਉਹ ਤੋਂ ਮਹਿੰਗਾਈ ਕਰਕੇ ਹਕੂਮਤ ਨੂੰ ਨਾਕਾਮ ਬਣਾਉਣਾ ਚਾਹ ਰਹੇ ਨੇ ਜੀ ਇਮਰਾਨ ਖਾਨ ਸਾਹਿਬ ਦਾ ਕਹਿਣਾ ਸੀ ਕਿ ਲੋਕ ਖੁਦ ਬਖੁਦ ਮਹਿੰਗਾਈ ਕਰਕੇ ਹਕੂਮਤ ਨੂੰ ਨਾਕਾਮ ਬਣਾਉਣਾ ਚਾਹ ਰਹੇ ਨਹੀਂ ਉਹ ਤਾਂ ਕਹਿੰਦਾ ਸੀ ਵੀ ਉੱਤੇ ਜਿਹੜਾ ਚੋਰ ਹੋਵੇ ਉਹ ਥੱਲੇ ਵੀ ਸਾਰੇ ਚੋਰ ਹੀ ਹੁੰਦੇ ਰਹੇ ਅਤੇ ਹੁਣ ਆਪ ਹੀ ਉੱਤੇ ਬੈਠਾ ਹੁਣ ਪਤਾ ਨਹੀਂ ਕੀ ਕਰਦਾ ਹੁਣ ਥੱਲੇ ਵੀ ਚੋਰ ਨੇ ਆਪੀ ਵੀ ਚੋਰ ਹੈ ਆ ਪਹਿਲਾ ਦੌਰ ਗੁਜ਼ਰਿਆ ਵੇ ਸਾਰਾ ਕੋਈ ਬੰਦਾ ਸਾਰੇ ਬੰਦੇ ਖੁਸ਼ਹਾਲ ਸਨ ਬਿਹਤਰੀਨ ਕੰਮ ਕਰਦੇ ਹਨ ਵੀ ਆਪਣੀ ਰੋਜ਼ੀ ਕਮਾ ਕੇ ਸਾਰੇ ਖੜਦੇ ਹਨ ਹੁਣ ਸਾਰੀ ਫੈਕਟਰੀਆਂ ਬੰਦ ਕਾਰਖਾਨੇ ਬੰਦ ਦੁਕਾਨਾਂ ਬੰਦ ਬੇਰੋਜ਼ਗਾਰੀ ਬੇਪਨਾਹ ਹੋ ਗਈ ਹੈ ਬੰਦੇ ਵਿਚਾਰੇ ਭੁੱਖੇ ਮਰਦੇ ਨੇ ₹11 ਅਰਬ ਇਹਨਾਂ ਨੇ ਹੁਣ ਤੱਕ ਕਰਜ਼ਾ ਲੈ ਲਿਆ 12-13 ਮਹੀਨਿਆਂ 'ਚ ਇਹਨਾਂ ਕੀ ਕੀਤਾ ਕਰਜ਼ੇ ਉਤਾਰਦੇ ਨੇ ਪਏ ਇਹ ਹੁਣ ਇਹਨਾਂ ਨੇ ਅਗਲੇ ਦਿਨ ਅਜੇ ਅਗਰ ਅਰਬ ਡਾਲਰ ਆ
ਔਰ ਇੱਕ ਜਿਹੜਾ ਬੈਂਕ ਦੀ ਸਰਕਾਰ ਉਹਦੇ ਕੋਲ ਲਿਆ ਨੇ ਖੁਫੀਆ $1 ਅਰਬ। ਇਹਨਾਂ ਨੇ ਕੀ ਕਰਨਾ, ਇਹਨਾਂ ਕੱਖ ਨਹੀਂ ਕਰਨਾ, ਇਹਨਾਂ ਆਵਾਮ ਮਾਰਨੀ ਉਹ ਮਾਰ ਦੇਣ ਪਏ। ਅੱਲਾ ਅੱਲਾ ਖੈਰ ਸੱਲਾ। ਹੁਣ ਤੱਕ ਦੀ ਕਾਰਕਰਦਗੀ ਤੁਹਾਨੂੰ ਲੱਗਦਾ? ਇਮਰਾਨ ਖਾਨ ਸਾਹਿਬ ਨੇ ਆਪਣੇ ਬੜੇ ਜਿਹੇ ਵਾਅਦੇ ਨਹੀਂ ਪੂਰੇ ਕੀਤੇ, ਬਲਕਿ ਜਿਹੜੇ ਮੈਂ ਕਹਾਂਗਾ ਕਿ ਜਿਹੜੇ ਉਹਨਾਂ ਨੇ ਰਿਫਾਰਮਸ ਕਹੀਆਂ ਕਿ ਮੈਂ ਸੂਦ 'ਤੇ ਲਾਣਤ ਕਰਦਾ, ਸੂਦ ਦੇ ਬਾਰੇ 'ਚ ਉਹਨਾਂ ਨੇ ਕੁਝ ਨਹੀਂ ਫੈਸਲਾ ਦਿੱਤਾ ਆਪਣੀ ਆਵਾਮ ਨੂੰ, ਸੂਦ ਨੂੰ ਕਲੀਅਰ ਕਰਨ, ਇਸ ਸੂਦ ਨੂੰ ਇਸ ਮੁਲਕ ਤੋਂ ਜਾਨ ਚੜਾਉਣ। ਇਨਸ਼ਾਅੱਲਾ ਅੱਲਾ ਕਰਮ ਕਰੇਗਾ। ਦੇ ਰਹੇ ਨੇ ਫਿਰ ਫਰਕ ਕੀ ਹੋਇਆ? ਖਾਨ ਸਾਹਿਬ ਇੱਕ ਤਬਦੀਲੀ ਦਾ ਨਿਸ਼ਾਨ ਸਨ, ਪਰ ਇਯਾ ਕਾ ਨਾਬਦੂ ਇਯਾ ਕਾ ਨਸਤਾਈਨ ਉਹ ਪੜ੍ਹਦੇ ਨੇ ਹਰ ਤਕਰੀਰ ਤੋਂ ਪਹਿਲਾਂ, ਅਤੇ ਜੇ ਉਹਦੇ 'ਤੇ ਇਮਾਨ ਨਹੀਂ ਲਿਆਉਂਦੇ, ਸੂਦ ਨੂੰ ਨਹੀਂ ਖਤਮ ਕਰਦੇ, ਤਾਂ ਫਿਰ ਕੀ ਫਾਇਦਾ? ਕੋਈ ਤਬਦੀਲੀ ਨਹੀਂ, ਸਿਰਫ ਵਕਤੀ ਨਾਅਰੇ ਨੇ ਫਿਰ ਤੇ। ਮੈਂ ਇਮਰਾਨ ਖਾਨ ਸਾਹਿਬ ਦਾ ਵੋਟਰ ਵੀ ਹਾਂ, ਸਪੋਰਟਰ ਵੀ ਹਾਂ, ਵੋਟ ਵੀ ਦਿੱਤਾ, ਮਗਰ ਜੇ ਇਹ ਕੰਮ ਕਰਨਗੇ ਤਾਂ ਅਗਲੇ 5 ਸਾਲਾਂ 'ਚ ਅਗਲੀ ਵਾਰ ਨਹੀਂ ਵੋਟ ਦੇਵਾਂਗੇ ਇਹਨਾਂ ਨੂੰ। ਇਹਨਾਂ ਨੂੰ ਆਪਣੇ ਆਪ ਨੂੰ ਇਸ ਮੁਲਕ ਨੂੰ ਇਸਲਾਮੀ ਢਾਂਚੇ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵੈਸੇ ਚੱਲ ਰਹੇ ਨੇ ਜਨਾਬ, ਮੈਂ ਪਿਲਫਣਾ ਵੇਚਣਾ ਵਾਂ, ਪਿਲਫਣਾ ਵੇਚ ਕੇ ਆਪਣਾ ਗੁਜ਼ਾਰਾ ਕਰਨਾ ਵਾਂ, ਅਤੇ ਬੱਚਿਆਂ ਦੀ ਰੋਟੀ ਨਹੀਂ ਪੂਰੀ ਹੁੰਦੀ ਪਈ, ਅਤੇ ਕਿੱਧਰ ਜਾਈਏ ਅਤੇ ਕਿੱਥੇ ਨਾ ਜਾਈਏ। ਮਹਿੰਗਾਈ ਕਿਤੇ ਅੱਲਾ ਵਾਲੇ ਮਹਿੰਗਾਈ ਬੜੀ ਜਾਈ ਹੈ, ਅੱਲਾ ਵਾਲੇ ਪਿਛਲੀ ਮਹਿੰਗਾਈ ਪਹਿਲੇ ਠੀਕ ਵੀ ਕੰਮ, ਪਹਿਲੇ ਦੌਰ ਠੀਕ ਸੀ, ਉਹ ਦੌਰ ਠੀਕ ਨਵਾਜ਼ ਸ਼ਰੀਫ ਵਾਲਾ, ਅਤੇ ਹੁਣ ਪਿਲਫਣਾ ਵੇਚ ਵੇਚ ਕੇ ਗੁਬਾਰਾ ਕਰੀਦਾ, ਬੱਚਿਆਂ ਨਾਲ ਟੁੱਕਰ ਵੀ ਨਹੀਂ ਪੂਰਾ ਹੁੰਦਾ, 5 ਰੁਪਈਏ ਨਾਲ 5 ਰੁਪਈਏ ਲੈਣੇ ਨੇ ਕਿਸੇ ਪਿੱਛੇ, ਅਤੇ 5 ਰੁਪਈਏ ਨਾਲ ਕੀ ਬਣਦਾ? ਇਮਰਾਨ ਖਾਨ ਦੀ ਹਕੂਮਤ ਰਹਿਣੀ ਚਾਹੀਦੀ ਨਹੀਂ ਰਹਿ, ਹਾਲਾਤ ਹੀ ਨਹੀਂ ਠੀਕ ਹੋਣੇ ਤੇ ਉੱਥੇ ਕੀ ਕਰ ਲੈ? ਇਮਰਾਨ ਖਾਨ ਕੌਣ ਆਇਆ? ਉਹ ਹੀ ਜਿਹੜੀ ਪਿਛਲੀ ਹਕੂਮਤ ਵੀ ਉਹ ਠੀਕ, ਹਕੂਮਤ ਇਹਨਾਂ ਦੀ ਬਿਹਤਰ ਨਹੀਂ ਜਾ ਰਹੀ? ਨਹੀਂ, ਸਾਨੂੰ ਤਾਂ ਨਹੀਂ ਬਚਤ ਬਿਹਤਰ ਨਜ਼ਰ ਆ ਰਹੀ। ਮੰਡੀ ਜਾਈਏ ਸੌਦਾ ਲੈਣ, ਉੱਥੋਂ ਹਰ ਸ਼ਹਿ ਮਹਿੰਗੀ ਲੱਭਦੀ, ਅੱਗੋਂ ਇੱਥੇ ਇਹੀ ਹੈ ਰਿਕਸ਼ਾ ਚਲਾਉਂਦੇ, ਜੋ ਯਕੀਨ ਕਰੋ ਪਰ ਕਿੰਨੇ ਕੁ ਤੰਗ ਆ ਜ਼ਿੰਦਗੀ 'ਚ, ਅੱਲਾ ਪਾਕ ਦੀ ਕਸਮੇ। ਲੇਕਿਨ ਉਹ ਟ੍ਰੈਫਿਕ ਪੁਲਿਸ ਵਾਲੇ ਫੜ ਲੈਂਦੇ ਨੇ, ਉਹ 500 ਦਾ ਚਲਾਣ ਜੀ, 1000 ਦਾ ਚਲਾਣ ਤੁਹਾਡਾ ਕੱਟਣ, ਇੱਕ ਵਾਰੀ ਸਿਆਲ ਗੁਜਰਾਂਵਾਲੇ ਹੋ ਗਿਆ ਜੀ, ਇੱਕ ਵਾਰੀ ਸਿਆਲਕੋਟ ਹੋ ਗਿਆ ਜੀ, 2 ਵਾਰੀ ਸਿਆਲਕੋਟ, ਇਹ ਤਾਂ ਹਾਲਾਤ ਹੋਏ ਨੇ। ਅਤੇ ਤਰਲੇ ਮਾਫੀਆ ਮਾਨੇ ਯਾਰ, ਅਸੀਂ ਨਹੀਂ ਇੰਨੇ ਜੋਗੇ ਤਾਂ ਸਾਨੂੰ ਛੱਡ ਛੱਡੋ ਨਾ, ਪਰ ਨਹੀਂ ਛੱਡਦੇ। ਇੰਨੇ ਕੁ ਤੰਗ ਅੰਗ ਕਰੀਏ ਕਿ ਮਕਸਦ ਦਿਲ ਕਰਦਾ, ਜੇ ਕਸਮੇ ਪੈਦਾ ਕਰਨ ਵਾਲੇ ਦਿਲ ਕਰਦਾ ਗੱਡੀ ਨੂੰ ਅੱਗ ਲਾ ਹੜੀਏ, ਅਤੇ ਮਰ ਜਾਈਏ ਆਪੇ ਵੀ, ਇਹ ਹਾਲਾਤ ਹੋ ਗਏ ਨੇ ਮਸਲੇ। ਹਾਲਾਤ ਬਿਹਤਰ ਹੁੰਦੇ ਤੁਹਾਨੂੰ ਨਜ਼ਰ ਨਹੀਂ ਆਉਂਦੇ? ਨਹੀਂ, ਸਾਨੂੰ ਨਹੀਂ ਜੇ ਭਾਈ ਨਜ਼ਰ ਆਉਂਦੇ, ਬਾਕੀ ਇਹ ਲੱਗੇ ਅੱਲਾ ਬਿਹਤਰ ਜਾਣਦਾ। ਪਿਛਲੀ ਪਹਿਲੀ ਸਹੀ ਸੀ ਬਿਲਕੁਲ, ਏਡੀ ਮਹਿੰਗਾਈ ਕੋਈ ਨਹੀਂ ਹੈ, ਸਕੂਨ ਦਾ ਟਾਈਮ, ਦਿਹਾੜੀ ਵੀ ਲੱਗਦੀ, ਕਾਰੋਬਾਰ ਵੀ ਬੜੇ ਸਨ। ਇਮਰਾਨ ਖਾਨ ਸਾਹਿਬ ਨੇ ਇੱਕ ਦਫ਼ਾ ਫਿਰ ਤਕਰੀਰ ਕਰਦੇ ਹੋਇਆ ਕਿਹਾ ਕਿ ਕੌਮ ਘਬਰਾਏ ਨਾ, ਇਹ ਮੁਸ਼ਕਿਲ ਹਾਲਾਤ ਠੀਕ ਹੋ ਜਾਣਗੇ, ਵਕਤੀ ਮਹਿੰਗਾਈ ਸਰ ਉਹਨਾਂ ਆਖਿਆ ਤਾਂ ਅਬਰ ਹੁੰਦਾ ਕੋਈ ਨਹੀਂ, ਕੋਈ ਵੀ ਹੈ ਆ ਵੇਲ ਹੋਣਾ, ਸਭ ਤੋਂ ਬਹੁਤ ਮਹਿੰਗੀ ਇਹਨੇ ਮਹਿੰਗਾਈ ਹੈ, 500-700 ਕਮਾ ਕੇ ਖੜੀ ਤਾਂ ਘਰ ਗੁਜ਼ਾਰਾ ਨਹੀਂ ਹੁੰਦਾ ਕੋਈ ਵੀ, ਇਹ ਹਿਸਾਬ ਉਹਨਾਂ ਦੇ ਆਖਿਆ ਸਸਤਾ ਹੋ ਜਾਏਗਾ ਕੰਮ, ਪਰ ਅਜੇ ਹੁੰਦਾ ਨਹੀਂ ਪਿਆ ਕੋਈ, ਪਤਾ ਤੁਹਾਨੂੰ? ਨਹੀਂ, ਤੁਸੀਂ ਉਹਨਾਂ ਦੇ ਕਹਿਣ 'ਤੇ ਅਮਲ ਨਹੀਂ ਕਰ ਸਕਦੇ, ਘਬਰਾਓ ਨਾ? ਕਰ ਸਕਦੇ ਹਾਂ ਜਨਾਬ, ਕਰਾਂਗੇ ਜਦੋਂ ਉਹਨਾਂ ਆਖਿਆ ਵਕਤ ਆਇਆ ਕਿ ਕਰ ਲਾਂਗੇ। ਠੀਕ ਹੈ, ਹਾਂ ਬਿਲਕੁਲ ਠੀਕ ਹੈ। ਅਤੇ ਜਿਹੜਾ ਲੋਕ ਕਹਿ ਰਹੇ ਨੇ ਕਿ ਮਹਿੰਗਾਈ ਲੋਕ ਖੁਦ ਕਰ ਰਹੇ ਨੇ, ਇੰਨੀ ਮਹਿੰਗਾਈ ਹੋਈ ਨਹੀਂ ਜਿੰਨੀ ਲੋਕ ਖੁਦ ਕਰ ਰਹੇ? ਬਾਕੀ ਜਿੰਨੀ ਮਹਿੰਗਾਈ ਉਹ ਹਕੂਮਤ ਨਹੀਂ ਕਰਦੀ, ਉਹ ਦੂਜੇ ਕਰਦੇ ਨੇ, ਆਪਣਾ ਆਵਾਮ ਥੱਲੋਂ ਦੁਕਾਨਦਾਰ ਕਰਦੇ ਨੇ ਮਹਿੰਗਾਈ, ਆਵਾਮ ਇਮਰਾਨ ਖਾਨ ਦੇ ਸੌਦਾ ਥੋੜ੍ਹਾ ਵਧਾਉਂਦਾ, ਲੋਕ ਆਵਾਮ ਕੋਲ ਦੁਕਾਨਦਾਰ ਬਹੁਤਾ ਵਧਾਉਂਦੀ, ਰੁਪਈਆ ਵਧੇ 10 ਵਧਾ ਰਹੇ ਨੇ। ਹਾਂ ਬਿਲਕੁਲ, ਇੰਝ ਹੀ ਗੱਲ ਉਹਦੇ ਆਪਣੀ ਟੀਮ ਨੂੰ ਮੁਬਾਰਕਬਾਦਾਂ ਦੇ ਦਿੰਦੇ ਨੇ ਕਿ ਮਈਸ਼ਤ ਬੜੀ ਠੀਕ ਹੋ ਗਈ, ਝੂਠੀਆਂ ਤਸੱਲੀਆਂ ਦੇ ਕੇ ਅਤੇ ਉਹ ਜ਼ਿੰਦਾ ਨੇ, ਬਾਕੀ ਉਹਨਾਂ ਕੋਲ ਹੈ ਕਿਹੜੀ ਸ਼ੈਬ ਸਭ ਝੂਠ, ਸਾਰਾ ਝੂਠ, ਯੂ ਟਰਨ ਅਤੇ ਯੂ ਟਰਨ, ਸਵੇਰੇ ਇਹਨਾਂ ਦੀ ਗੱਲ ਹੋਰ ਹੁੰਦੀ ਹੈ, ਸ਼ਾਮ ਨੂੰ ਹੋਰ ਹੁੰਦੀ ਹੈ, ਕੋਈ ਵਜ਼ੀਰ ਹੋਰ ਬਿਆਨ ਦਿੰਦਾ ਪਿਆ, ਕੋਈ ਵਜ਼ੀਰ ਹੋਰ ਬਿਆਨ ਦਿੰਦਾ ਪਿਆ, ਇਹਨਾਂ ਦੇ ਆਪੇ ਆਪੇ ਆਪਣਾ ਡਿਸਿਪਲਿਨ ਵੀ ਨਹੀਂ ਇਹਨਾਂ ਦਾ ਬਿਲਕੁਲ ਠੀਕ, ਇਹਨਾਂ ਆਵਾਮ ਵਾਸਤੇ ਕੀ ਕਰਨਾ? ਸਟਾਕ ਮਾਰਕੀਟ ਤੋਂ ਇਹਨਾਂ ਦੇ ਆਪਣੇ ਜਿਹੜੇ ਹੁਣ ਜਿਹਨਾਂ ਨੇ ਲੁੱਟਦੇ ਰਹੇ 15-16 ਮਹੀਨੇ, ਉਹਨਾਂ ਨੇ ਭਰਨੀ ਨਹੀਂ ਸਟਾਕ ਮਾਰਕੀਟ, ਕੋਈ ਨਾ ਕੋਈ ਤਾਂ ਵਹਾਣਾ ਨੇ ਨਾ ਆਵਾਮ ਨੂੰ, ਐਪ ਇਹਦੇ ਇੰਨਾ ਇਤਰਾਜ਼ ਕਰਦੇ ਹਨ ਇਹਨਾਂ ਦੀ, ਆ ਬੱਸ ਜਿਹੜੀ ਚੱਲਦੀ ਹੈ ਕਿਹਨੂੰ ਆਉਂਦੇ ਹੋ, ਮੈਟਰੋ ਆਪਣੀ ਨੂੰ 1.5 ਸਾਲ ਹੋ ਗਿਆ, 35 ਅਰਬ ਤੋਂ ਸ਼ੁਰੂ ਹੋਈ ਅਤੇ ਇਸ ਵੇਲੇ 100 ਅਰਬ ਤੋਂ ਟੱਪ ਗਈ, ਤਾਂ ਅਜੇ ਵੀ ਅੱਧ ਵਿੱਚ ਵੀ ਨਹੀਂ ਗਈ, ਉਹ ਇਨਕੁਆਇਰੀ ਸ਼ੁਰੂ ਹੋਈ ਹੈ FIA ਦੇ, ਹਾਈ ਕੋਰਟ ਨੇ ਆਰਡਰ ਕੀਤਾ ਤਾਂ ਨਾਲ ਹੀ ਅਗਲਿਆਂ ਨੇ ਸਟੇਅ ਲੈ ਲਿਆ, ਫਿਰ ਸੁਪਰੀਮ ਕੋਰਟ 'ਚੋਂ ਅੱਗੇ ਵੀ ਸਟੇਅ ਹੋਏ ਆ, ਉਹਦਾ ਆਪਣੇ ਪਾਸੇ ਤਾਂ ਜਾਣ ਹੀ ਨਹੀਂ ਦਿੰਦੇ, ਦੂਜੇ ਪਾਸੇ ਤਾਂ ਨੱਪੀ ਆਉਂਦੇ ਨੇ ਅਜ਼ਬੇ ਖਿਲਾਫ ਵਾਲਿਆਂ ਨੂੰ, ਬਸ ਇਦਾਰੇ ਆਜ਼ਾਦ ਨੇ, ਇਦਾਰੇ ਖੁਦ ਬਖੁਦ ਕਾਰਵਾਈ, ਨਹੀਂ ਨਹੀਂ ਇਦਾਰੇ ਨੈਬ ਤੇ ਮੁਕੰਮਲ ਉਹਨਾਂ ਦੇ ਨਾਲ ਹੈ,
ਟੋਟਲ ਇਹ ਹਾਲਾਤ ਠੀਕ ਨਹੀਂ ਕਰ ਸਕਦੇ ਤੁਹਾਡੇ ਨਹੀਂ ਇਹਨਾਂ ਕੋਲ ਹਾਲਾਤ ਨਹੀਂ ਠੀਕ ਹੁੰਦੇ ਹੋਰ ਕਿਹਾ ਹੈਲਥ ਕਾਰਡ ਵੀ ਸ਼ੁਰੂ ਕੀਤਾ ਇਹਨਾਂ ਨੇ ਦੂਸਰੇ ਵੀ ਨੌਜਵਾਨਾਂ ਨੂੰ ਕਰਜ਼ਿਆਂ ਦਾ ਵੀ ਹੈਲਥ ਕਾਰਡ ਜਿਹੜੇ ਨੇ ਉਹ ਵੀ ਇਹਨਾਂ ਨੇ ਆਪਣੀਆਂ ਜਮਾਤਾਂ ਨੂੰ ਦਿੱਤੇ ਨੇ ਕਿਸੇ ਗਰੀਬ ਆਦਮੀ ਨੂੰ ਮਿਲਿਆ ਨਹੀਂ ਜਿਹਨੂੰ ਮਿਲਿਆ ਦੱਸੋ ਹਰ ਬੰਦਾ ਸਵੇਰੇ ਉੱਠ ਕੇ ਚੈੱਕ ਕਰਦਾ 85 ਦੇ ਆਪਣਾ ਮੈਸੇਜ ਭੇਜਦਾ ਤਾਂ ਅੱਗੋਂ ਮਾਜ਼ਰਤ ਦਾ ਮੈਸੇਜ ਆ ਜਾਂਦਾ ਬਾਕੀ ਕਿਹੜੀ ਗੱਲ ਅਤੇ ਜਿਹੜੇ ਉਹ ਨੌਜਵਾਨਾਂ ਦਾ ਹੋਵੇ ਉਹ ਵੀ ਇਹਨਾਂ ਦੇ ਜਿਹੜੇ ਆ ਮੀਡੀਆ ਦੇ ਬੰਦੇ ਨੇ ਜਿਹੜੀ ਉਹ ਕਿਹੜੀ ਦੂਸਰੀ ਮੀਡੀਆ ਕਿੰਨਾ ਉਹਦਾ ਨਹੀਂ 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 ਇਲੈਕਟ੍ਰੋਨਿਕ ਮੀਡੀਆ ਨਹੀਂ 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 ਯਾਰ ਆ ਜਿਹੜੇ ਨੈੱਟ 'ਤੇ ਚੱਲਦਾ ਕੀ ਉਹਨਾਂ ਦੇ ਉਹ ਸੋਸ਼ਲ ਮੀਡੀਆ ਉਹ ਸੋਸ਼ਲ ਮੀਡੀਆ ਦੀ ਟੀਮ ਨੂੰ ਸਾਰੇ ਉਹਨਾਂ ਦੇ ਨੌਜਵਾਨ ਹੀ ਨੇ ਉਹਨਾਂ ਨੂੰ ਦੇਣਗੇ ਕਰਜ਼ਾ ਹੋਰ ਕਿਹਨੂੰ ਦੇਣਾ ਨੇ।